ਮੇਰਾ ਨਾਮ ਗੈਰੀ ਹੈ ਜੀ। ਮੈਂ ਸਰੀ ਸਕੂਲ ਬੋਰਡ ਦਾ ਕਰੰਟ ਟਰੱਸਟੀ ਵੀ ਹੈਗਾ ਅਤੇ ਦੁਬਾਰਾ ਜਿਹੜੀਆਂ ਹੁਣ ਫਿਰ ਦੁਬਾਰਾ ਇਲੈਕਸ਼ਨ ਲੜਨ ਜਾ ਰਿਹਾ। ਮੇਰਾ ਸੁਨੇਹਾ ਜਿਹੜਾ ਸਾਰੀ ਕਮਿਊਨਿਟੀ ਨੂੰ ਇਹੀ ਹੈਗਾ ਵੀ ਰਿਗਾਰਡਲੈਸ ਤੁਸੀਂ ਕਿਹਨੂੰ ਵੋਟ ਪਾਉਣੀ ਆ, ਪਰ ਜਿਹੜਾ ਵੋਟ ਪਾਉਣ ਦਾ ਅਧਿਕਾਰ ਆਪਾਂ ਨੂੰ ਬਹੁਤ ਜ਼ਿਆਦਾ ਤਸ਼ੱਦਦ ਅਤੇ ਮਿਹਨਤ ਦੇ ਬਾਅਦ ਮਿਲਿਆ, ਸੋ ਇਸ ਨੂੰ ਜਿਹੜਾ ਹੱਕ ਜਿਹੜਾ ਆਪਾਂ ਨੂੰ ਮਿਲਿਆ ਇਸ ਨੂੰ ਜਾਇਆ ਨਾ ਕਰੋ, ਵੋਟ ਪਾਉਣ ਜ਼ਰੂਰ ਜਾਓ। ਅਤੇ 20 ਤਰੀਕ ਨੂੰ ਹੁਣ ਆਪਣੀਆਂ ਜਿਹੜੀਆਂ ਲਾਸਟ ਪੋਲਿੰਗ ਡੇ ਰਹਿ ਗਿਆ, ਸਵੇਰੇ 8 ਵਜੇ ਤੋਂ ਲੈ ਕੇ ਰਾਤੀ 8 ਵਜੇ ਤੱਕ 57 ਪੋਲਿੰਗ ਸਟੇਸ਼ਨ ਦੇ ਵਿੱਚ ਵੋਟਾਂ ਪੈ ਰਹੀਆਂ। ਕੋਈ ਨਾ ਕੋਈ ਸਟੇਸ਼ਨ ਤੁਹਾਨੂੰ ਆਪਦੇ ਘਰ ਦੇ ਵਿਦਇਨ 2-5 ਮਿੰਟਸ ਦੀ ਡਰਾਈਵ 'ਤੇ ਜ਼ਰੂਰ ਲੱਭ ਜਾਏਗਾ ਜੇ ਵਾਕਿੰਗ ਡਿਸਟੈਂਸ 'ਤੇ ਨਹੀਂ ਹੈਗਾ ਤਾਂ। ਤਾਂ ਪਲੀਜ਼ ਵੋਟ ਪਾਉਣ ਜਾਓ, ਕਿਸੇ ਵੀ ਕੈਂਡੀਡੇਟ ਨੂੰ ਪਾਓ, ਪਰ ਕੈਂਡੀਡੇਟ ਜਿਹਨੂੰ ਵੀ ਵੋਟ ਪਾਉਂਦੇ ਹੋ ਉਹਦੇ ਬਾਰੇ ਥੋੜ੍ਹੀ ਜਿਹੀ ਜਾਣਕਾਰੀ ਪਹਿਲਾਂ ਲੈ ਕੇ ਜਾਓ ਵੀ ਕੈਂਡੀਡੇਟ ਨੇ ਕੋਈ ਗਰਾਊਂਡ ਵਰਕ 'ਤੇ ਕੋਈ ਕੰਮ ਕੀਤਾ, ਕੋਈ ਕਮਿਊਨਿਟੀ ਲਈ ਸੇਵਾ ਕੀਤੀ ਆ, ਜਿਸ ਵੀ ਪੁਜੀਸ਼ਨ ਲਈ ਉਹ ਖੜ੍ਹੇ ਆ ਕੀ ਉਹ ਪੁਜੀਸ਼ਨ ਦੇ ਹੱਕਦਾਰ ਹੈ। ਜੇ ਮੰਨ ਲਓ ਸਕੂਲ ਬੋਰਡ ਟਰੱਸਟੀ ਆ, ਕੀ ਉਹ ਕਦੀ ਸਕੂਲ ਬੋਰਡ ਦੀ ਆਪਣੀਆਂ ਰੈਗੂਲਰ ਬੋਰਡ ਮੀਟਿੰਗ ਵਿੱਚ ਵੀ ਗਏ ਹੈਗੇ ਆ, ਉਹਨਾਂ ਨੂੰ ਮੁੱਦਿਆਂ ਦਾ ਪਤਾ ਕੀ ਸਮੱਸਿਆਵਾਂ ਆਪਣੇ ਬੱਚਿਆਂ ਦੀ, ਟੀਚਰਸ ਦੀਆਂ ਜੋ ਵੀ ਹੈਗੀਆਂ, ਅਤੇ ਉਹਨਾਂ ਨੂੰ ਰਿਜ਼ੋਲਵ ਕਰਨ ਦਾ ਉਹਨਾਂ ਦਾ ਕੀ ਪਲੈਟਫਾਰਮ ਹੈਗਾ। ਤੁਸੀਂ ਕੈਂਡੀਡੇਟ ਦੀਆਂ ਜਿਹੜੀਆਂ ਆਲ ਕੈਂਡੀਡੇਟਸ ਮੀਟਿੰਗ ਹੈਗੀਆਂ ਉਹਨਾਂ 'ਤੇ ਜ਼ਰੂਰ ਜਾਓ ਅਤੇ ਹਰੇਕ ਦੇ ਵਿਚਾਰ ਸੁਣੋ, ਵਿਚਾਰ ਸੁਣਨ ਤੋਂ ਬਾਅਦ ਤੁਸੀਂ ਆਪਣਾ ਜਿਹੜਾ ਫੈਸਲਾ ਉਹ ਕਰੋ, ਅਤੇ ਪਰ ਵੋਟ ਜ਼ਰੂਰ ਪਾਉਣ ਜਾਓ। ਸੋ 20 ਅਕਤੂਬਰ ਨੂੰ ਮੇਰੀ ਹੱਥ ਜੋੜ ਕੇ ਤੁਹਾਡੇ ਸਾਰੇ ਵਾਚਰਸ ਅੱਗੇ, ਵਿਊਅਰਸ ਅੱਗੇ ਬੇਨਤੀ ਹੈ ਕਿ ਤੁਸੀਂ ਆਪਣਾ ਵੋਟ ਦਾ ਹੱਕ ਜ਼ਰੂਰ ਜਿਹੜਾ ਕਰੋ ਅਤੇ ਵੋਟ ਜ਼ਰੂਰ ਪਾਉਣ ਜਾਓ 20 ਅਕਤੂਬਰ ਨੂੰ। ਧੰਨਵਾਦ ਜੀ।